ਪਰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਲੌਗ ਸ਼ੁਰੂ ਕਰਨ ਜਾ ਰਹੇ ਹਾਂ ਜੋ ਕਿ ਹੋਊਗਾ ਜੀ ਟੋਇਟਾ ਫਾਰਚੂਨਰ ਦੇ ਓਨਰਸ਼ਿਪ ਐਕਸਪੀਰੀਅੰਸ ਦਾ ਐਂਡ ਇਹ ਬਲੌਗ 'ਚ ਮੈਂ ਤੁਹਾਨੂੰ ਸਾਰਾ ਕੁਛ ਦੱਸੂਗਾ ਕਿ ਕੀ ਇਹਦੀ ਇੱਕ ਸਰਵਿਸ ਕੋਸਟ ਪੈਂਦੀ ਹੈ ਅਤੇ ਕਿਵੇਂ ਇਹਦਾ ਰੋਡ ਪ੍ਰੈਜੈਂਸ ਕਿਵੇਂ ਹੈ ਇਹਦਾ ਗੱਡੀ ਦਾ ਅਤੇ ਇੱਕ ਟਾਇਰ 'ਤੇ ਜਿਹੜੀ ਨੰਬਰਿੰਗ ਦਿੱਤੀ ਹੁੰਦੀ ਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਇਹਦੇ 'ਚ ਥੋੜ੍ਹੀ ਜਿਹੀ ਜਿੰਨੀ ਕੁ ਮੈਨੂੰ ਨੌਲੇਜ ਹੋਈ ਉਸ ਬਾਰੇ ਮੈਂ ਤੁਹਾਨੂੰ ਉਹ ਜ਼ਰੂਰ ਦੱਸੂੰਗਾ ਅਤੇ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਜੀ ਕੁਛ ਮਜ਼ੇਦਾਰ ਅਨਬੋਕਸਿੰਗ ਨਾਲ ਕਿਉਂਕਿ ਕੁਛ ਮੇਰੇ ਕੱਪੜੇ ਆਏ ਵੇ ਸੀਗੇ ਕੈਨੇਡਾ ਤੋਂ ਉਹਨਾਂ ਨੂੰ ਅਨਬੋਕਸਿੰਗ ਨਹੀਂ ਉਹ ਮੈਂ ਦੇਖੇ ਵੇ ਪਰ ਉਹਨਾਂ ਨੂੰ ਮੈਂ ਵੈਸੇ ਇੱਥੇ ਦਿਖਾਉਣਾ ਚਾਹੁੰਦਾ ਕਿਉਂਕਿ ਮੈਨੂੰ ਬਲੌਗ ਦਾ ਕੰਟੈਂਟ ਚਾਹੀਦਾ ਲੈਂਥ ਚਾਹੀਦੀ ਆ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਆਪਾਂ ਐਪਲ ਏਅਰਪੋਰਡ 2 ਦੀ ਅਨਬੋਕਸਿੰਗ ਨਾਲ ਜੋ ਕਿ ਹਜੇ ਤੱਕ ਰੈਪ ਨਹੀਂ ਪਏ ਇਹਨਾਂ ਨੂੰ 5 ਕੁ ਦਿਨ ਹੋ ਗਏ ਲਿਆ ਨੂੰ ਅਤੇ ਮੈਂ ਪਹਿਲਾਂ ਵੀ ਯੂਜ਼ ਕੀਤੇ ਐਪਲ ਏਅਰਪੋਰਡ 2 ਲੋਕਾਂ ਮੈਨੂੰ ਬਾਕੀ ਬਹੁਤ ਜਣਿਆਂ ਨੇ ਕਿਹਾ ਸੀਗਾ ਕਿ ਤੁਸੀਂ ਨਵੇਂ ਟਰਾਈ ਕਰੋ ਐਪਲ ਦੇ ਏਅਰਪੋਰਡ ਜੋ ਮੈਨੂੰ ਵਧੀਆ ਨਹੀਂ ਲੱਗਦੇ ਇੰਨੇ ਕਿਉਂਕਿ ਕੰਫਰਟੇਬਲ ਨਹੀਂ ਗਏ ਇੰਨੇ ਇਹ ਮੈਂ ਪਹਿਲਾਂ ਵੀ ਯੂਜ਼ ਕੀਤੇ ਹੋਏ ਸੋ ਮੈਂ ਦੁਬਾਰਾ ਫਿਰ ਇਹੀ ਬਾਏ ਕੀਤੇ ਪਿਛਲੇ ਦਾ 1 ਖਰਾਬ ਹੋ ਗਿਆ ਸੀ ਸੋ ਇਹਨੂੰ ਆਪਾਂ ਹੁਣ ਅਨਬੋਕਸਿੰਗ ਕਰਦੇ ਹਾਂ ਆਈ ਥਿੰਕ ਪਹਿਲਾਂ ਮੇਰੇ ਕੋਲ ਸੀਗੇ ਐਪਲ ਏਅਰਪੋਰਡ 2 ਵਾਇਰਲੈਸ ਸੀਗੇ ਅਤੇ ਮੈਕ ਸਿਰਫ ਮੇਰੇ ਕੋਲ ਹੈ ਨਹੀਂ ਉਹਦਾ ਕੋਈ ਫਾਇਦਾ ਨਹੀਂ ਗਾ ਅਤੇ ਹੁਣ ਇਹ ਲੈ ਲਏ ਚਲੋ ਵਧੀਆ ਅਨਬੋਕਸਿੰਗ ਆਪਣਾ ਜੱਟਾਂ ਦਾ ਸਭ ਬਾਜ਼ ਨਾਲ ਹੀ ਕਰਾਂਗੇ ਬਾਕੀ ਅਨਬੋਕਸਿੰਗ ਕਰਨ ਦਾ ਯਾਰ ਸਵਾਦ ਵੱਖਰਾ ਹੀ ਹੁੰਦਾ ਬੜਾ ਨੇਰਾ ਹੁੰਦਾ ਅਨਬੋਕਸਿੰਗ ਕਰਨ ਦਾ ਪਿਛਲੀ ਵਾਰ ਵੀ ਮੈਂ ਡੱਬਾ ਹੀ ਖਰਾਬ ਕਰ ਲਿਆ ਸੀਗਾ ਆਵਾਜ਼ ਮਾਰ ਮਾਰ ਕੇ ਅਤੇ ਉਮੀਦ ਕਰਦੇ ਹਾਂ ਨਹੀਂ ਹੁਣ ਨਹੀਂ ਆਇਆ ਇਹ ਬਾਕੀ ਜਿਵੇਂ ਹੁਣ ਨਵੇਂ ਡੈੱਕ ਪਏ ਤਾਂ ਹੁਣੇ ਤੁਹਾਨੂੰ ਉਹ ਮਿਲ ਜਾਣਾ ਸੀਗਾ ਟਾਈਟਲ ਕੇ ਅਨਬੋਕਸਿੰਗ ਕਰਦੇ ਹੋਏ ਟੁੱਟ ਕੇ ਪਰ ਫੋਨ ਟੁੱਟਦਾ ਹੁੰਦਾ ਏਅਰਪੋਰਟ ਨੂੰ ਤਾਂ ਕੁਛ ਨਹੀਂ ਹੁੰਦਾ ਪਿਛਲੀ ਵਾਰ ਜਦੋਂ ਨਵੇਂ ਲਏ ਸੀ ਐਂ ਡੱਬੇ 'ਚ ਡੈੱਕ ਕੇ ਬਾਹਰ ਮੈਂ ਸੜਕ 'ਤੇ ਖੜਾ ਹੀ ਅਨਬੋਕਸਿੰਗ ਕਰਨ ਲੱਗ ਪਿਆ ਨਾਲੇ 'ਚ ਡੈੱਕ ਪਏ ਸੀਗੇ ਆਪਾਂ ਕਰਦੇ ਹਾਂ ਜੀ ਅਨਬੋਕਸਿੰਗ ਹੁਣ ਮੈਨੂੰ ਬਾਹਲਾ ਤਾਂ ਹਿਸਾਬ ਨਹੀਂ ਹੈ ਕਿਉਂਕਿ ਕਦੇ ਅਨਬੋਕਸਿੰਗ ਕੀਤੀ ਨਹੀਂ ਸਿਨੇਮੈਟਿਕ ਰਫ ਸ਼ਾਟਸ ਮੈਨੂੰ ਲੈਣੇ ਨਹੀਂ ਆਉਂਦੇ ਇਹਦੇ ਸੋ ਟੂ ਬੀ ਆਨੈਸਟ ਆਪਾਂ ਕਰਦੇ ਹਾਂ ਅਨਬੋਕਸਿੰਗ ਸੋ ਇੱਥੋਂ ਪਹਿਲਾਂ ਆਪਾਂ ਜਦੋਂ ਖੋਲਦੇ ਹਾਂ ਪਹਿਲਾਂ ਆਪਣਾ ਆਉਂਦਾ ਡਿਜ਼ਾਈਨ ਬਾਏ ਐਪਲ ਇਨ ਕੈਲੀਫੋਰਨੀਆ ਸੋ ਇਹ ਕੁਛ ਆਪਣੇ ਕੰਮ ਦੇ ਨਹੀਂ ਇਹ ਕਦੇ ਪੜ੍ਹੇ ਨਹੀਂ ਗਏ ਜਦੋਂ ਕਿ ਉਹਨਾਂ ਨੂੰ ਛੱਡ ਦਿਆ ਪਰਾਂ ਉਹ ਚੱਲੇ ਕੰਮ ਡਿੱਗ ਪਏ ਸੀ ਸੋ ਇਹ ਇਹਦੇ ਨਾਲ ਪੰਨਾ ਮਿਲਦਾ ਅਤੇ ਪਿਛਲੇ ਦੀ ਬੱਤੀ ਜੀ ਮੇਰੇ ਖਿਆਲ ਬਾਹਰ ਸੀਗੀ ਇਹਦੀ ਅੰਦਰ ਆਈ ਥਿੰਕ ਇਹ ਵਾਇਰਲੈਸ ਵਾਲੇ ਆ ਦੂਜੇ ਅਤੇ ਇਹਦੇ ਨਾਲ ਆਪਾਂ ਨੂੰ ਇੱਕ ਵਾਇਰ ਮਿਲੀ ਆ ਸੋ ਇਹ ਸੀ ਆਪਣੀ ਸਾਰੀ ਇਹਦੀ ਅਨਬੋਕਸਿੰਗ ਅਤੇ ਇਹਨੂੰ ਆਪਾਂ ਆਈ ਰੱਖ ਦਿੰਦੇ ਹਾਂ ਬਾਅਦ 'ਚ ਚਲਾ ਕੇ ਦੇਖਾਂਗੇ ਹੁਣ ਮੈਂ ਫਟਾਫਟ ਕੱਪੜੇ ਲੈ ਕੇ ਆਉਂਦਾ ਸੋ ਉਹਦੇ 'ਚ ਪੈਕ ਨਹੀਂ ਗਏ ਵੈਸੇ ਆ 1-2 ਰੋਲਫ ਦੇ ਆ ਅਤੇ ਇੱਕ ਹੋਗਾ ਬੋਸ ਦਾ ਸੋ ਮੈਂ ਤੁਹਾਨੂੰ ਉਹ ਦਿਖਾਉਣਾ ਇਹ ਕੁਛ ਕੁ ਕੱਪੜੇ ਨੇ ਇਹ ਐਡੀਡਾਸ ਦਾ ਮੈਂ ਬਾਏ ਕੀਤਾ ਸੀਗਾ ਅਤੇ ਇਹ ਰੋਲਫ ਦੇ ਸਭ ਤੋਂ ਪਹਿਲਾਂ ਆਪਾਂ ਰੋਲਫ ਦੀ ਟੀ ਸ਼ਰਟ ਦੇਖਦੇ ਹਾਂ ਸੋ ਇਹ ਹੈਗੀ ਹੈ ਜੀ ਪੋਲੋ ਰੋਲਫ ਲੌਰਨ ਦੀ ਇਹ ਮੈਨੂੰ ਕੈਨੇਡਾ ਤੋਂ ਗਿਫਟ ਆ ਨਾਨੀ ਜੀ ਵੱਲੋਂ ਸੋ ਮੈਂ ਜੇ ਮੇਰਾ ਬਲੌਗ ਦੇਖਦੇ ਤਾਂ ਸਾਰੇ ਉਹਨਾਂ ਨੂੰ ਥੈਂਕ ਯੂ ਅਤੇ ਮੇਨ ਥੈਂਕ ਯੂ ਨਵਲ ਬਰਾੜ ਦਾ ਜਿਨ੍ਹਾਂ ਨੇ ਇਹ ਸਟੋਰ 'ਚ ਇਕੱਲਿਆਂ ਨੇ ਜਾ ਜਾ ਕੇ ਮੈਨੂੰ ਪ੍ਰੋਡਕਟ ਲੈ ਕੇ ਦਿੱਸ ਪਾਉਣੇ ਸੋ ਗੋ ਬੋਸ ਬਸ ਸੋ ਇਹ ਮੈਨੂੰ ਸਭ ਤੋਂ ਵਧੀਆ ਬ੍ਰੈਂਡ ਮੈਨੂੰ ਇਹੀ ਲੱਗਦਾ ਕਿਉਂਕਿ ਜਦੋਂ ਵੀ ਆਪਾਂ ਇਹਨੂੰ ਪਾਉਂਦੇ ਹਾਂ ਇੱਕ ਅੱਡ ਜੀ ਫੀਲਿੰਗ ਹੁੰਦੀ ਆ ਅੰਦਰੋਂ ਪੋਜ਼ਿਟਿਵਿਟੀ ਆਉਂਦੀ ਆ ਮੈਨੂੰ ਬਲੂ ਕਲਰ 'ਚ ਖਾਸ ਕਰਕੇ ਸੋ ਮੈਂ ਜ਼ਿਆਦਾ ਇਹੋ ਜਿਹੇ ਕਲਰ ਹੀ ਪਾਉਂਦਾ ਲਾਈਕ ਜਿਵੇਂ ਮੇਰੇ ਯੈਲੋ ਪਾਇਆ ਹੋਇਆ ਬਲੂ ਪਾਇਆ ਹੋਇਆ ਅਤੇ ਵਾਈਟ ਮੈਂ ਪਹਿਲੀ ਵਾਰ ਲਿਆ ਸੋ ਇਹ ਹੈਗਾ ਅਪਰ ਆ ਗਿਆ ਜੀ ਰੋਲਫ ਲੌਰਨ ਦਾ ਸੋ ਪਾਏ ਬਹੁਤ ਵਧੀਆ ਲੱਗਦੇ ਆ ਮੈਂ ਪਾ ਕੇ ਦੇਖੇ ਸੀਗੇ ਸੋ ਪਲੀਜ਼ ਤੁਸੀਂ ਸਾਰੇ ਜਣੇ ਰੰਗ ਨੂੰ ਇਗਨੋਰ ਕਰਿਓ ਮੈਨੂੰ ਇਹੋ ਜਿਹੇ ਰੰਗ ਪਸੰਦ ਆ ਸੋ ਤਾਂ ਕਰਕੇ ਮੈਂ ਐਡੀਡਾਸ ਓਰੀਜਨਲ ਲੈ ਕੇ ਪ੍ਰੋਡਕਟ ਲਿਆ ਸੋ ਜੀ ਆਪਣਾ ਇੱਕ ਹੋਰ ਆਰਡਰ ਪਿਆ ਸੀਗਾ ਇੱਕ ਪਿਆ ਕੱਲ੍ਹ ਦਾ ਆਇਆ ਪਿਆ ਅਤੇ ਹਜੇ ਮੈਂ ਇਹਦੀ ਪੈਕੇਜਿੰਗ ਓਪਨ ਨਹੀਂ ਕੀਤੀ ਹੁਣ ਇਹ ਪੈਕੇਜਿੰਗ ਇਹਦੀ ਓਪਨ ਕੀਤੀ ਸੀ ਸੋ ਇਹ ਆਇਆ ਜੀ ਆਪਣਾ ਬਰੋਕਸ ਬ੍ਰਦਰ ਵੱਲੋਂ ਉਹਨਾਂ ਦੀ ਓਫਿਸ਼ੀਅਲ ਸਾਈਟ ਤੋਂ ਆਇਆ ਐਂਡ ਇਹ ਆਪਣੀ ਸ਼ਰਟ ਆਈ ਹੈ ਜੋ ਕਿ ਬਰੋਕਸ ਬ੍ਰਦਰ ਵੱਲੋਂ ਇੱਥੇ ਤੁਸੀਂ ਲੋਕ ਦੇਖ ਸਕਦੇ ਹੋਵੋਗੇ ਐਂਡ ਮੈਨੂੰ ਵਧੀਆ ਲੱਗੀ ਹੈ ਭਾਈ ਕਿਉਂਕਿ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਬਲੂ ਕਲਰ ਮੇਰਾ ਫੇਵਰੇਟ ਆ ਅਤੇ ਲਾਈਨਸ ਨੇ ਅਤੇ ਇੱਕ ਕੱਪੜਾ ਥੋੜ੍ਹਾ ਜਿਹਾ ਮੈਨੂੰ ਨਾ ਤਾਂ ਮੋਟਾ ਲੱਗਿਆ ਸੋ ਠੰਡ 'ਚ ਵਧੀਆ ਫਾਇਦਾ ਦਊ ਤੁਸੀਂ ਵੀ ਦੱਸੋ ਕਿਵੇਂ ਲੱਗੇ ਕੱਪੜੇ ਤੁਹਾਨੂੰ ਸਾਰੇ ਵਲੌਗ 'ਚ ਕਮੈਂਟ ਕਰਕੇ ਦੱਸੋ ਅਤੇ ਹੋਰ ਨਵੀਆਂ ਅਨਬੋਕਸਿੰਗ ਕਰਨ ਲਈ ਜੁੜੇ ਰਿਹਾ ਕਿ ਹਰੇਕ ਵਲੌਗ ਦੇ ਨਾਲ ਆਪਾਂ ਇੱਕ ਨਿੱਕੀ ਜਿਹੀ ਅਨਬੋਕਸਿੰਗ ਜ਼ਰੂਰ ਕਰਿਆ ਕਰਾਂਗੇ ਅਤੇ ਥੈਂਕ ਯੂ ਤੁਹਾਡਾ ਵਲੌਗ ਦੇ ਨਾਲ ਜੁੜੇ ਰਹਿਣ ਲਈ ਅਤੇ ਚੱਲਦੇ ਹਾਂ ਆਪਾਂ ਫੋਰਚੂਨਰ ਅਤੇ ਉਹਨਾਂ ਦੇ ਸ਼ਿਪ ਰਿਵਿਊ 'ਤੇ ਇਹ ਮੈਂ ਦੱਸ ਦੇਣਾ ਚਾਹੁੰਦਾ ਕਿ ਪਿਛਲੇ ਜਿਹੜੀਆਂ ਕਲਿਪਸ ਤੁਸੀਂ ਦੇਖੀਆਂ ਵਲੌਗ ਦੀਆਂ ਉਹ ਅੱਜ ਤੋਂ 3 ਦਿਨ ਪਹਿਲਾਂ ਦੀਆਂ ਨੇ ਅਤੇ ਬਿਜ਼ੀ ਹੋਣ ਕਰਕੇ ਮੈਰਿਜ ਫੰਕਸ਼ਨ ਅਟੈਂਡ ਕਰਨਾ ਸੀਗਾ ਮਾਨਸਾ ਸੋ ਕੱਲ੍ਹ ਮੈਂ ਮਾਨਸੇ ਸੀਗਾ ਅਤੇ ਅੱਜ ਇੱਥੇ ਬਠਿੰਡੇ ਆਇਆ ਸੀਗਾ ਅਤੇ ਮੈਨੂੰ 2-3 ਕੰਮ ਸੀਗੇ ਅਤੇ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਾਰ 'ਚ ਪਿੱਛੇ ਤਾਂ ਸ਼ੀਸ਼ਾ ਪਿਆ ਫਰੰਟ ਮਿਰਰ ਹੈਗਾ ਇਹ ਅਤੇ ਨਾਲ ਗਲਿਊਸ ਨੇ ਇਹਦੀਆਂ ਹੋਂਡਾ ਸਿਟੀ ਦੀਆਂ ਜੋ ਆਪਣੇ ਕੋਲ ਹੈਗੀ ਆ ਸੋ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਦਾ ਸ਼ੀਸ਼ੇ 'ਚ ਨਾ ਸਕਰੈਚਿਸ ਜ਼ਿਆਦਾ ਸੀਗੇ ਅਤੇ ਰਾਤ ਨੂੰ ਬਹੁਤ
ਪਰੇਸ਼ਾਨੀ ਆਉਂਦੀ ਸੀ ਚਲਾਉਣ ਚ ਤੇ ਉਹਦੇ ਕਰਕੇ ਮੈਂ ਅੱਜ ਆਇਆ ਸੀ ਆਪਦੇ ਨਾਨਕੇ ਪਿੰਡ ਸੋ ਮੈਂ ਇੱਥੇ ਨਾ ਇੱਕ ਰਾਹ ਚ ਪੁਲ ਆਉਂਦਾ ਬਹੁਤ ਹੀ ਡਿਫਰੈਂਟ ਜਿਹਾ ਪੁਲ ਆ ਤਿੰਨ ਚਾਰ ਥਾਵਾਂ ਤੋਂ ਨਿਕਲਦਾ ਸੋ ਘੈਂਟ ਲੋਕੇਸ਼ਨ ਆ ਤੁਹਾਨੂੰ ਉਹ ਮੈਂ ਹੁਣੇ ਦਿਖਾਉਣ ਜਾ ਰਿਹਾ ਆ ਦੇਖੋ ਇੱਕ ਨਹਿਰ ਆ ਹੋਗੀ ਇੱਕ ਪਿੱਛੇ ਟੱਪੀ ਆ ਇੱਕ ਆ ਹੋਗੀ ਇਹ ਸੇਮ ਨਾਲਾ ਜਿਹਾ ਹੀ ਆ ਵੈਸੇ ਚੱਲਦਾ ਨੀਗਾ ਬਹੁਤ ਚਿਰ ਤੋਂ ਬੰਦ ਪਿਆ ਪਰ ਲੋਕੇਸ਼ਨ ਵੈਸੇ ਅੱਖਾਂ ਚ ਦੇਖਣ ਨਾਲ ਕੁਛ ਹੋਰ ਹੁੰਦੀ ਆ ਤੇ ਫੋਨ ਤੇ ਕੁਛ ਹੋਰ ਹੁੰਦੀ ਆ ਤੇ ਇੱਕ ਆ ਸਾਹਮਣੇ ਆ ਗਿਆ ਵਾਰਨਿੰਗ ਫਿਲਮ ਚ ਤੁਸੀਂ ਦੇਖਿਆ ਹੀ ਹੋਊਗਾ ਜਮਾਂ ਸੇਮ ਲੋਕੇਸ਼ਨ ਪਰ ਉਹ ਨਹਿਰ ਦੀ ਸੀ ਇਹ ਸੂਏ ਆ ਤੇ ਉਹਨਾਂ ਨੇ ਇਹੀ ਸ਼ਾਟ ਲਿਆ ਗਾ ਉੱਥੋਂ ਡਰੋਨ ਨਾਲ ਤੇ ਦਾੜੀ ਬਹੁਤ ਜ਼ਿਆਦਾ ਵਧੀ ਪਈ ਆ ਤੇ ਬਿਜ਼ੀ ਹੋਣ ਕਰਕੇ ਜਾਇਆ ਨਹੀਂ ਗਿਆ ਤੇ ਸਾਰਿਆਂ ਨਾਲੋਂ ਪਹਿਲਾਂ ਕੰਮ ਅੱਜ ਸ਼ਹਿਰ ਜਾ ਕੇ ਦਾੜੀ ਤੇ ਵਾਲ ਕਟਾਉਣਾ ਤੇ ਇੱਕ ਚੰਗਾ ਹੇਅਰ ਕੱਟ ਲੈਂਦੇ ਹਾਂ ਇੱਕ ਪੂਰੀ ਲੁੱਕ ਚੇਂਜ ਕਰਕੇ ਆਪਾਂ ਫਾਰਚੂਨਰ ਦਾ ਰਿਵਿਊ ਸ਼ੁਰੂ ਕਰਦੇ ਹਾਂ ਹਾਂਜੀ ਸੋ ਪ੍ਰੋਪਰ ਹੇਅਰ ਕੱਟ ਮੈਂ ਲੈ ਚੁੱਕਿਆ ਜੀ ਤੇ ਹੁਣ ਮੈਂ ਸਾਈਡਾਂ ਟ੍ਰਿਮ ਕਰਾਈਆਂ ਥੋੜੀਆਂ ਥੋੜੀਆਂ ਤੇ ਇੱਥੋਂ ਬੀਅਰਡ ਕੱਟ ਕਰਾਈ ਆ ਦੇਖ ਕੇ ਦੱਸਿਓ ਬਈ ਹੁਣ ਜ਼ਿਆਦਾ ਵਧੀਆ ਲੱਗ ਰਿਹਾ ਕਿ ਪਹਿਲਾਂ ਵਧੀਆ ਲੱਗ ਰਿਹਾ ਸੀ 3.0 ਲੀਟਰ ਦਾ ਇੰਜਨ ਹੈ ਇਹਦਾ ਜੋ ਕਿ ਬਹੁਤ ਹੀ ਤਾਕਤਵਰ ਮੰਨਿਆ ਜਾਂਦਾ ਕਾਰਾਂ ਦੇ ਹਿਸਾਬ 'ਚ ਜਿਹੜੀ 2015 'ਚ ਇਹਦੀ ਸ਼ੇਪ ਚੇਂਜ ਹੋਈ ਸੀ ਉਹਦੇ 'ਚ ਇੱਕ ਇੱਥੇ ਕੰਟਰੋਲ ਆਉਂਦੇ ਆ ਅਤੇ ਇੱਥੇ ਉਹਦੇ ਆਉਂਦਾ ਕਰੂਜ਼ ਕੰਟਰੋਲ ਉਹਦੇ 'ਚ ਨੈਵੀਗੇਸ਼ਨ ਇਨਬਿਲਟ ਹੀ ਆਉਂਦਾ ਇਹਦੇ 'ਚ ਨੈਵੀਗੇਸ਼ਨ ਨਹੀਂ ਹੈਗਾ ਇਸ ਮਾਡਲ ਜਿਵੇਂ ਇਹਦੇ ਅਲੋਏ ਵੀਲ ਵਾਈਟ ਆਉਂਦੇ ਸੀ ਅਤੇ ਮੈਂ ਉਦੋਂ ਉਹ ਬਲੈਕ ਪਵਾਤੇ ਤੇ ਹੋਰ ਆਪਾਂ ਲਾਈਟਸ ਫੈਂਸੀ ਪਵਾਈਆਂ ਵੀ ਆ ਇਹਦੇ ਜਿਹੜੀਆਂ ਕਿ ਅੱਜ ਕੱਲ੍ਹ ਫਾਰਚੂਨਰ 'ਤੇ ਜ਼ਿਆਦਾ ਚੱਲਦੀਆਂ ਕਾਰ ਚੱਲ ਚੁੱਕੀ ਆ 1,60,000 ਅਤੇ ਹਜੇ ਤੱਕ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ ਵਿਦਆਊਟ ਸਰਵਿਸ ਤੋਂ ਏਜੰਸੀ 'ਚ ਕਦੇ ਵੀ ਨਹੀਂ ਗਈ ਅਤੇ ਬਾਕੀ ਇਹਦੇ ਬਾਰੇ ਮੈਂ ਤੁਹਾਨੂੰ ਥੋੜ੍ਹੀ ਇਨਫੋਰਮੇਸ਼ਨ ਦੇ ਦਿੰਦਾ ਜਿਵੇਂ ਮੈਂ ਦੱਸਿਆ ਸੀ ਵੀ ਕਾਰ ਸੇਲ 'ਤੇ ਆ ਇਹਦੇ 'ਚ ਇੱਕ ਤਾਂ ਇਹਦਾ ਫਰੰਟ ਵਿੰਡਸ਼ੀਲਡ ਚੇਂਜ ਹੋਈ ਵੀ ਆ ਉਹਦੇ 'ਚ ਵੱਟਾ ਵੱਜ ਗਿਆ ਸੀਗਾ ਸੋ ਉਹ ਏਜੰਸੀ 'ਚੋਂ ਚੇਂਜ ਹੋਈ ਵੀ ਆ ਅਤੇ ਬਾਕੀ ਦੀ ਇਨਫੋਰਮੇਸ਼ਨ ਲੈਣ ਲਈ ਗੱਡੀ ਕਿਤੋਂ ਪੇਂਟ ਨਹੀਂ ਗਈ ਬਾਕੀ ਦੀ ਇਨਫੋਰਮੇਸ਼ਨ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ ਕਮੈਂਟ ਸੈਕਸ਼ਨ 'ਚ ਮੇਰਾ ਨੰਬਰ ਦਾ ਪੁੱਛ ਸਕਦੇ ਹੋ ਤੁਸੀਂ ਅਤੇ ਹੋਰ ਵੀ ਇਸ ਵੀਡੀਓ 'ਚ ਮੇਰਾ ਇੰਸਟਾਗ੍ਰਾਮ ਲਿੰਕ ਤੁਹਾਨੂੰ ਮਿਲ ਜੂਗਾ ਅਤੇ ਉੱਥੇ ਆ ਕੇ ਮੈਨੂੰ ਡਾਇਰੈਕਟ ਮੈਸੇਜ ਕਰਕੇ ਵੀ ਮੇਰੇ ਨੰਬਰ ਲਈ ਪੁੱਛ ਸਕਦੇ ਹੋ ਜਾਂ ਉੱਥੇ ਇਨਫੋਰਮੇਸ਼ਨ ਲੈਣੀ ਹੈ ਜਾਂ ਜਿਹਨੇ ਬਾਏ ਕਰਨੀ ਉੱਥੇ ਆ ਕੇ ਪੁੱਛ ਲਏ ਸੋ ਪੂਰਾ ਓਨਰਸ਼ਿਪ ਐਕਸਪੀਰੀਅੰਸ ਸ਼ੇਅਰ ਕਰਨ ਲਈ ਮੈਨੂੰ ਡਰਾਈਵ 'ਤੇ ਆਉਣਾ ਪਿਆ ਅਤੇ ਆਪਾਂ ਮੁਕਤਸਰ ਦੇ ਬਠਿੰਡਾ ਰੋਡ 'ਤੇ ਆ ਚੁੱਕੇ ਹਾਂ ਜੋ ਕਿ ਸਭ ਤੋਂ ਸੌਫਟ ਰੋਡ ਆ ਇੱਥੇ ਅਤੇ ਕਾਰ ਬਹੁਤ ਹੀ ਸਮੂਥ ਚੱਲਦੀ ਆ ਅਤੇ ਇਹਦੇ 'ਚ ਖਾਸੀਅਤ ਇਹ ਆ ਇੱਕ ਚੀਜ਼ ਮੈਨੂੰ ਜਿਹੜੀ ਪਲੱਸ ਪੁਆਇੰਟ ਲੱਗਦਾ ਇਹਦੇ 'ਚ ਕਿ ਬਾਕੀ ਗੱਡੀਆਂ ਜਿਹੜੀਆਂ ਇਸ ਮਾਡਲ ਦੇ ਹਿਸਾਬ 'ਚ ਸੀਗੀਆਂ ਹੁਣ ਵਾਲੀਆਂ ਦੀ ਨਹੀਂ ਗੱਲ ਕਰਦਾ ਹੁਣ ਵਾਲੀਆਂ ਦਾ ਇੰਪਰੂਵਮੈਂਟ ਹੋਈ ਆ ਇਸ ਮਾਡਲ ਦੇ ਹਿਸਾਬ 'ਚ ਹਰੇਕ ਗੱਡੀ 90+ ਜਦੋਂ ਜਾਂਦੀ ਆ ਤਾਂ ਉਹਦੇ RPM 2000 ਚੱਕਰ ਤੋਂ ਵੱਧ ਜਾਂਦੇ ਆ ਜਾਂ ਕਿਸੇ ਗੱਡੀ ਦਾ ਤਾਂ 80 'ਤੇ ਹੀ ਆ ਉਹ ਜਦੋਂ ਉਹ ਸਪੀਡ ਤੋਂ ਪਰਟੀਕੁਲਰ ਸਪੀਡ ਤੋਂ ਉੱਤੇ ਜਾਂਦੀ ਹੈ ਗੱਡੀ ਉਦੋਂ ਬਾਅਦ ਸਭ ਤੋਂ ਵੱਧ ਡੀਜ਼ਲ ਖਾਂਦੀ ਹੈ ਜਾਂ ਪੈਟਰੋਲ ਖਾਂਦੀ ਆ ਅਤੇ ਇਹ ਕਾਰ ਮਤਲਬ ਆਪਾਂ ਨੂੰ 100 ਤੋਂ ਲੈ ਕੇ 120 ਤੱਕ ਫੁੱਲ ਐਵਰੇਜ ਦਿੰਦੀ ਹੈ ਜੇ ਆਪਾਂ ਸਟਿਲ ਰੱਖੀਏ ਕਾਰ ਨੂੰ ਮਤਲਬ ਬਈ ਜ਼ਿਆਦਾ ਧੱਕਾ ਨਾ ਕਰਾਂਗੇ ਕਾਰ ਨਾਲ ਬਹੁਤ ਹੀ ਪਿਆਰ ਨਾਲ ਚਲਾਵਾਂਗੇ ਤਾਂ ਆਰਾਮ ਨਾਲ ਇਹ 13 ਦੀ ਐਵਰੇਜ ਦਿੰਦੀ ਆ ਅਤੇ ਸਭ ਤੋਂ ਹਾਈਐਸਟ ਐਵਰੇਜ ਇਹਦੀ ਮੈਂ ਕੱਢੀ ਵੀ 14 ਦੀ ਐਵਰੇਜ ਇਹ ਦੇ ਰਹੀ ਹੈ ਜੀ 12.8 ਦੀ ਅਤੇ ਇਸ ਕੈਮਰੇ ਨਾਲ ਤੁਹਾਨੂੰ ਦਿਖਣਾ ਨਹੀਂ ਤਾਂ ਕਰਕੇ ਮੈਂ ਇਹਦੇ ਨਾਲ ਸ਼ੂਟ ਕਰ ਰਿਹਾ ਮੀਟਰ ਦੀਆਂ 12.8 ਦੀ ਇਹ ਐਵਰੇਜ ਦੇ ਰਹੀ ਆ ਅਤੇ ਹਜੇ ਤੱਕ ਚੱਲ ਚੁੱਕੀ ਆ ਜੀ 1,60,000 ਅਤੇ ਹਜੇ ਤੱਕ ਇਹਦੇ 'ਚ ਕੋਈ ਲਾਈਟ ਨਹੀਂ ਸ਼ੋ ਹੋਈ ਮੀਟਰ 'ਤੇ ਅਤੇ ਬਹੁਤ ਹੀ ਸਮੂਥ ਡਰਾਈਵ ਹੈ ਇਹਦੀ ਜਿਵੇਂ ਹੁਣ ਮੈਂ ਆਇਆ ਸੀਗਾ ਰੋਡ 'ਤੇ ਬਠਿੰਡਾ ਰੋਡ 'ਤੇ ਅਤੇ ਅੱਜ ਥੋੜ੍ਹਾ ਜਿਹਾ ਟ੍ਰੈਫਿਕ ਆ ਰਿਹਾ ਵਿੱਚ ਅਤੇ ਤਾਂ ਕਰਕੇ ਪਤਾ ਨਹੀਂ ਲੱਗ ਰਿਹਾ ਹੁਣ ਮੈਂ ਥੋੜ੍ਹੀ ਜਿਹੀ ਹਾਈ ਸਪੀਡ 'ਤੇ ਕਰੂੰਗਾ ਲਾਈਕ 100 'ਤੇ ਕਰੂੰਗਾ ਅਤੇ ਤੁਸੀਂ ਇਹਦੇ RPM ਚੈੱਕ ਕਰਿਓ 2 ਤੋਂ ਪਲੱਸ ਨਹੀਂ ਜਾਣਗੇ 100 ਤੱਕ ਜਿਵੇਂ ਇੱਥੇ ਤੁਸੀਂ ਦੇਖਿਓ ਇਹ ਚੀਜ਼ ਵਧੀਆ ਲੱਗਦੀ ਆ ਵੀ ਆਪਾਂ ਨੂੰ ਅੰਦਰ ਬੈਠਿਆਂ ਨੂੰ ਫੀਲ ਨਹੀਂ ਹੁੰਦਾ ਅਤੇ ਕਾਰ ਪਹੁੰਚ ਚੁੱਕੀ ਆ 100 'ਤੇ ਅਤੇ RPM ਤੁਸੀਂ ਦੇਖੋ 2000 ਦੀ ਆ ਅਤੇ ਇਹਦੇ 'ਤੇ ਫੁੱਲ ਐਵਰੇਜ ਦਊਗੀ ਇਹ ਮਤਲਬ ਇਹ ਗੱਲ ਹਮੇਸ਼ਾ ਖਿਆਲ 'ਚ ਰੱਖਿਓ ਅਤੇ ਮੈਂ ਹੁਣੇ ਆਇਆ ਸੀਗਾ ਜਦੋਂ ਟੈਂਕ ਫੁੱਲ ਕਰਾਇਆ ਸੀਗਾ ਇਹਦਾ ਉਦੋਂ 0 ਕਰਤਾ ਸੀਗਾ ਮੀਟਰ 'ਤੇ ਤੁਸੀਂ ਦੇਖੋ ਸੂਈ 208 ਕਿਲੋਮੀਟਰ ਚੱਲ ਚੁੱਕੀ ਆ ਅਤੇ ਸੂਈ ਹਜੇ ਥੋੜ੍ਹੀ ਜਿਹੀ ਹਿੱਲੀ ਆ ਅਤੇ ਇਹ ਹਜੇ ਆਪਾਂ ਮੈਂ ਤੁਹਾਨੂੰ ਰੇਂਜ ਦਿਖਾਊਂਗਾ ਇਹਦੀ ਰੇਂਜ ਆ ਗਈ ਜੀ 693 ਅਤੇ ਇਹਨੂੰ 208 ਨਾਲ ਪਲੱਸ ਕਰ ਲਓ ਕੁਛ 900 ਕੁਛ ਬਣਦਾ ਅਤੇ ਇੰਨੀ ਇਹ ਕਾਰ ਇੱਕ ਟੈਂਕ ਫੁੱਲ ਨਾਲ ਚੱਲਦੀ ਆ ਆਪਾਂ ਪਹੁੰਚ ਚੁੱਕੇ ਹਾਂ ਜੀ ਬਹੁਤ ਹੀ ਵਧੀਆ ਜੀ ਲੋਕੇਸ਼ਨ 'ਤੇ ਜੋ ਕਿ ਇੱਥੇ ਨਹਿਰਾਂ ਹੈਗੀਆਂ ਨੇ ਦੋ ਅਤੇ ਪੁਲ ਦੀ ਕੰਸਟਰਕਸ਼ਨ ਹੋ ਰਹੀ ਆ ਪਿੱਛੇ ਜੇ ਤੁਸੀਂ ਸਨਸੈਟ ਜੇ ਦੇਖ ਸਕਦੇ ਹੋ ਤਾਂ ਬਹੁਤ ਹੀ ਵਧੀਆ ਵਿਊ ਆ ਰਿਹਾ ਮੈਨੂੰ ਪਤਾ ਨਹੀਂ ਫੋਨ 'ਤੇ ਦੇਖੂਗਾ ਜਾਂ ਨਹੀਂ ਦੇਖੂਗਾ ਅਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਫਾਰਚੂਨਰ ਦਾ ਰਿਵਿਊ ਅਤੇ ਬਾਹਰੋਂ ਤੁਸੀਂ ਇਹਦੀ ਕੰਡੀਸ਼ਨ ਦੇਖ ਹੀ ਸਕਦੇ ਹੋ ਕਿ ਬਹੁਤ ਹੀ ਸਾਫ਼ ਪਈ ਆ ਹੁਣ ਇੱਥੇ ਮਿੱਟੀ ਹੋਣ ਕਰਕੇ ਥੋੜ੍ਹੀ ਜਿਹੀ ਮਿੱਟੀ ਪੈ ਗਈ ਘਰੋਂ ਤਾਂ ਅਸੀਂ ਸਾਫ਼ ਕਰਕੇ ਲਿਆਏ ਸੀਗੇ ਤਾਂ ਜੋ ਵਲੌਗ 'ਚ ਵਧੀਆ ਆਵੇ ਅਤੇ ਬਾਕੀ ਤੁਸੀਂ ਸਾਰੀ ਗੱਡੀ ਦੇਖ ਸਕਦੇ ਹੋ ਕਿਤੋਂ ਪੇਂਟ ਨਹੀਂ ਗੀ ਅਤੇ ਸਕ੍ਰੈਚਸ ਮਾਈਨਰ ਜਿਹੇ ਹੁੰਦੇ ਆ ਜਿਹੜੇ ਮਾੜੇ ਮੋਟੇ ਜਿਹੇ ਮਤਲਬ ਉੱਤੇ ਕੱਪੜੇ ਨਾਲ ਪੈ ਜਾਂਦੇ ਆ ਜੋ ਕਿ
ਪਰ ਊ ਕੋਈ ਵੱਡਾ ਸਕਰੈਚ ਜਾਂ ਕੋਈ ਡੈਂਟ ਨਹੀਂ ਹੈਗਾ ਕਾਰ 'ਤੇ, ਸਾਰੀ ਬਹੁਤ ਹੀ ਵਧੀਆ ਕੰਡੀਸ਼ਨ 'ਚ ਕਾਰ ਪਈ ਆ। ਅਤੇ ਹੋਰ ਇਹਦੇ ਆਪਾਂ ਨੂੰ ਆ ਜਾਓ, ਮੈਂ ਤੁਹਾਨੂੰ ਟਾਇਰ ਦੇ ਦਿਖਾਉਂਦਾ। ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀਗਾ, ਟਾਇਰ ਉਹ ਪੋਲਿਸ਼ ਕਰਕੇ ਜਦੋਂ ਮਿੱਟੀ 'ਚ ਆਏ ਜ਼ਿਆਦਾ ਖਰਾਬ ਹੋ ਚੁੱਕੇ ਨੇ। ਸੋ ਤੁਸੀਂ ਇਸ ਨੰਬਰ 'ਤੇ ਜੇ ਫੋਕਸ ਕਰ ਸਕਦੇ ਹੋ, ਇੱਧਰ ਇੱਥੇ ਲਿਖਿਆ ਹੋਇਆ 265/65R17। ਇਹਦਾ ਮਤਲਬ ਇਹ ਹੁੰਦਾ ਕਿ 17 ਇੰਚ ਦਾ ਇਹਦਾ ਅਲੋਏ ਆ। ਇਹ ਪ੍ਰੋਫਾਈਲ ਹੈਗੀ ਹੈ ਇਹਦੀ, ਉਸ ਤੋਂ ਲੈ ਕੇ ਇਸ ਜੁਆਇੰਟ ਤੱਕ 265, ਅਤੇ ਇਹਦਾ 65%, ਮਤਲਬ ਇਹਨੂੰ ਤੁਸੀਂ 100% ਮੰਨੋ ਅਤੇ ਇਹਦਾ 65% ਇਹ ਆ। ਕਈ ਲੋਕ ਮੰਨ ਲੈਂਦੇ ਆ ਬਈ ਆਹ ਚੀਜ਼ 65 ਹੈ, ਇਹ 65 ਨਹੀਂ ਗੀ, ਇਹ 265 ਦਾ 65% ਆ। ਸੋ ਇਹ ਚੀਜ਼ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਵੱਡੇ ਟਾਇਰ ਪਾ ਲੈਂਦੇ ਹੋ 275/65R17। ਸੋ ਉਹ ਕਾਰ 'ਚ ਪ੍ਰੋਬਲਮ ਆਉਂਦੀ ਹੈ, ਉਹਦੇ ਮੀਟਰ 'ਚ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਹਦਾ ਚੱਕਰ ਵੱਧ ਜਾਂਦੇ ਆ। ਅਤੇ ਜਿਵੇਂ ਕਾਰ ਮੰਨ ਲਓ ਤੁਹਾਡੀ ਮੀਟਰ 'ਤੇ ਸ਼ੋਅ ਕਰ ਰਿਹਾ 100, ਅਤੇ ਤੁਹਾਡੀ ਕਾਰ ਉਦੋਂ ਘੱਟ ਸਪੀਡ 'ਤੇ ਜਾਊਗੀ। ਜਿਵੇਂ ਮੰਨ ਲਓ ਤੁਸੀਂ 275 ਵਾਲੇ ਟਾਇਰ ਪਵਾਏ ਅਤੇ ਕਾਰ ਦੀ ਸਪੀਡ ਤੁਸੀਂ ਕਰ ਰਹੇ ਹੋ 100, ਉੱਥੇ ਮੀਟਰ 'ਤੇ 100 ਸ਼ੋਅ ਕਰ ਰਹੀ ਹੈ, ਅਤੇ ਉਹਦੀ ਐਕਚੁਅਲ ਸਪੀਡ ਹੋਊਗੀ 96 ਕਿਲੋਮੀਟਰ ਪਰ ਆਵਰ ਦੀ। ਐਂ ਜਿਵੇਂ ਜਿਵੇਂ ਜੇ ਤੁਸੀਂ 285 ਪਾਓਗੇ ਤਾਂ ਉਹਦੀ ਸਪੀਡ ਹੋਰ ਘੱਟਦੀ ਜਾਊਗੀ, ਅਤੇ ਉਹਦੇ ਮੀਟਰ ਰੀਡਿੰਗ 'ਚ ਵੀ ਪ੍ਰੋਬਲਮ ਆਉਂਦੀ, ਉਹ ਘੱਟ ਸ਼ੋਅ ਕਰੂਗੀ ਹਮੇਸ਼ਾ ਜਾਂ ਵੱਧ ਸ਼ੋਅ ਕਰਦੀ ਹੈ, ਇਹਦਾ ਮੈਨੂੰ ਐਗਜੈਕਟ ਇਨਫੋਰਮੇਸ਼ਨ ਨਹੀਂ, ਪਰ ਸਪੀਡ ਹਮੇਸ਼ਾ ਘੱਟ ਸ਼ੋਅ ਕਰਦੀ ਆ। ਸੋ ਮੈਂ ਤੁਹਾਨੂੰ ਇਹ ਰਿਕਮੈਂਡ ਕਰਦਾ ਕਿ ਤੁਸੀਂ ਗੱਡੀ ਦੇ ਹਿਸਾਬ 'ਚ ਜਿਹੜੇ ਓਰੀਜਨਲ ਟਾਇਰ ਆਉਂਦੇ ਆ ਉਹੀ, ਮਤਲਬ ਸਟੀਅਰਿੰਗ ਵੀ ਪੂਰੀ ਵਧੀਆ ਕੰਡੀਸ਼ਨ 'ਚ ਪਿਆ, ਅਤੇ ਮੇਨ ਹੁੰਦਾ ਜੀ ਗੇਅਰ ਨੌਬ, ਸਾਰਿਆਂ ਨਾਲੋਂ ਜ਼ਿਆਦਾ ਰਫ ਚੱਲੀ ਦਾ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਹੀ ਪਤਾ ਲੱਗਦਾ ਕਿ ਸਟੀਅਰਿੰਗ ਸਾਫ਼ ਨਹੀਂ ਹੁੰਦਾ ਅਤੇ ਗੇਅਰ ਨੌਬ ਨਹੀਂ ਸਾਫ਼ ਹੁੰਦਾ, ਅਤੇ ਗੇਅਰ ਨੌਬ ਥੋੜ੍ਹਾ ਜਿਹਾ ਕੋਸਟਲੀ ਹੁੰਦਾ। ਮਤਲਬ ਇਹ ਜੇ ਆਪਾਂ ਦੁਬਾਰਾ ਪਾਉਣਾ, ਸੋ ਇਹ 7000 ਦਾ ਇਹੀ ਇਕੱਲਾ ਲੈਦਰ ਵਾਲਾ, ਨਵੀਂ ਫੋਰਚੂਨਰ ਦਾ ਆਟੋਮੈਟਿਕ ਦਾ ਵੀ ਸਸਤਾ ਅਤੇ ਮੈਨੂਅਲ ਦਾ ਵੀ ਸਸਤਾ, ਅਤੇ ਇਸ ਮਾਡਲ ਦੇ ਆਟੋਮੈਟਿਕ ਦਾ ਵੀ ਸਸਤਾ, ਪਰ ਇਹ 7000 ਦਾ ਬਾਕੀ ਹੈਗੇ ਆ, 2000 ਦੇ ਜਾਂ 3000 ਦੇ ਤੁਸੀਂ ਨੈੱਟ 'ਤੇ ਚੈੱਕ ਕਰ ਸਕਦੇ ਹੋ, ਪਰ ਇਹ ਚੀਜ਼ 'ਤੇ ਕੋਈ ਇੰਨੇ ਪੈਸੇ ਨਹੀਂ ਖਰਚ ਕਰਦਾ। ਸੋ ਤਾਂ ਕਰਕੇ ਇਹਦੀ ਹਰੇਕ ਕੰਡੀਸ਼ਨ ਬਹੁਤ ਹੀ ਵਧੀਆ ਤਰੀਕੇ ਨਾਲ ਪਈ ਆ। ਅਤੇ ਟਾਇਰ ਆਪਣੇ ਹੈਗਾ ਕੋਂਟੀਨੈਂਟਲ ਦੇ, ਇਹਦਾ ਟਾਇਰ ਇੱਕ ਕੋਸਟ ਕਰਦਾ 13,500 ਦਾ। ਸੋ ਪੂਰੇ ਆਪਣੇ ਟਾਇਰ ਪਏ ਸੀਗੇ 56,000 ਬਣਦਾ ਨਾ, 13,000 ਕਰਕੇ, ਅਤੇ ਥੋੜ੍ਹਾ ਜਿਹਾ ਬਹੁਤ ਆਪਾਂ ਨੂੰ ਲੈਸ ਮਿਲਿਆ ਸੀ ਵੈਲੋਸਿਟੀ ਵਾਲਿਆਂ ਤੋਂ। ਮੈਂ ਇਹਦੇ ਟਾਇਰ ਪਵਾਏ ਆ, ਅਤੇ ਪੁਰਾਣੀ ਜਿਹੜੀ ਮੇਰੇ ਕੋਲ ਸਵਿਫਟ ਸੀ ਜੋ ਮੈਂ ਸੇਲ ਕੀਤੀ ਆ, ਉਹਦੇ 'ਚ ਵੀ ਆਪਾਂ ਜਿਹੜੇ ਅਲੋਏ ਇੰਸਟਾਲ ਕਰਵਾਏ ਸੀਗੇ ਉਹ ਵੀ ਵੈਲੋਸਿਟੀ ਟਾਇਰ ਵਾਲਿਆਂ ਤੋਂ ਹੀ ਕਰਵਾਏ ਸੀਗੇ। ਅਤੇ ਬਾਕੀ ਹੋਰ ਤੁਸੀਂ ਸਾਰੀ ਕਾਰ ਨੂੰ ਦੇਖ ਸਕਦੇ ਹੋ, ਇਹਦਾ ਦੇਖੋ ਹਰੇਕ ਚੀਜ਼ 'ਤੇ ਮੈਂ ਪੂਰੀ ਵਧੀਆ ਪ੍ਰੋਪਰ ਕੇਅਰ ਰੱਖਦਾ। ਇੱਥੇ ਵੀ ਉਹ ਲੱਗੇ, ਸਾਡਾ ਕੈਮਰਾਮੈਨ ਹੀ ਡੱਕਦਾ ਫਿਰਦਾ ਯਾਰ, ਹੁਣ ਕੀ ਕਰੀਏ। ਤੂੰ ਭਰਾਵਾ ਨਹਿਰ 'ਚ ਨਾ ਡੱਕ, ਪਿੱਛੇ ਤੂੰ ਡਿੱਗੇਗਾ ਨਹਿਰ 'ਚ, ਇੱਧਰ ਆ ਜਾ, ਤੂੰ ਇੱਥੇ ਆ ਕੇ ਸਾਈਡ ਤੇ ਆ ਗਏ, ਕਿਤੇ ਕੰਟੈਂਟ ਹੀ ਇਹੋ ਜਿਹਾ ਮਿਲ ਜਾਏ ਤੇ ਮੈਨੂੰ ਬਾਅਦ 'ਚ ਵੀਡੀਓ ਵੀ ਨਾ ਪਵੇ ਮੇਰੇ ਤੋਂ। ਸੋ ਪਿਛਲੀਆਂ ਵਾਰੀਆਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ, ਬਾਕੀ ਅੰਦਰੋਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੋਂ ਵੀ ਸਾਰੀਆਂ ਸੀਟਾਂ ਦੀ ਕੰਡੀਸ਼ਨ ਪੂਰੀ ਵਧੀਆ ਪਈ ਆ। ਅਤੇ ਜ਼ਿਆਦਾ ਆਹ ਦੇਖੋ ਤੁਸੀਂ, ਇੱਕ ਇਹਦੇ 'ਚ ਇੱਕ ਚੀਜ਼ ਹੈਗੀ ਆ ਜੋ ਕਿ ਖਰਾਬ ਹੋਈ ਵੀ ਆ, ਆਹ ਸੀਟ। ਇਹ ਜਦੋਂ ਕੋਈ ਬੰਦਾ ਬਹਿੰਦਾ ਇੱਥੇ, ਲਾਈਕ ਜਿਵੇਂ ਮੈਂ ਤੁਹਾਨੂੰ ਬੈਠ ਕੇ ਦਿਖਾਉਂਦਾ ਮਾੜਾ ਜਿਹਾ ਪਿੱਛੇ, ਸੋ ਜ਼ਿਆਦਾਤਰ ਬੰਦਾ ਐਂ ਬਹਿੰਦਾ, ਤੋ ਇਹਦੇ ਕਰਕੇ ਇਹਦੇ 'ਚ ਵਲ ਪੈਣ ਲੱਗ ਪੈਂਦੇ ਆ ਜ਼ਿਆਦਾ। ਇਹ ਕਾਰ ਜ਼ਿਆਦਾ ਸਿੰਗਲ ਪਰਸਨ ਕੋਲ ਹੀ ਚੱਲੀ ਵੀ ਆ, ਜਿਵੇਂ ਹੁਣ ਮੈਂ ਵੀ ਇਕੱਲਾ ਹੀ ਚਲਾਉਂਦਾ ਅਤੇ ਬਾਕੀ ਸੀਟਾਂ 'ਤੇ ਬਹੁਤ ਘੱਟ ਜਾਣੇ ਬਹਿੰਦੇ ਆ, ਕਦੇ ਕਦੇ ਹੀ ਹੁੰਦਾ, ਅਤੇ ਜ਼ਿਆਦਾ ਤਾਂ ਗੱਡੀ ਸਿੰਗਲ ਪਰਸਨ ਕੋਲ ਚੱਲਦੀ ਆ। ਸੋ ਤਾਂ ਕਰਕੇ ਇਸ ਸੀਟ 'ਚ ਇਹ ਪ੍ਰੋਬਲਮ ਆਉਂਦੀ ਹੋ, ਕਿਉਂਕਿ ਮੇਰੀ ਹਾਈਟ ਲੰਬੀ ਆ ਤਾਂ ਕਰਕੇ ਫਟ ਗਈ। ਅਤੇ ਬਾਕੀ ਹਰੇਕ ਚੀਜ਼ ਦਾ ਤੁਹਾਨੂੰ ਮੈਂ ਦੱਸਦਾ, ਪਿੱਛੋਂ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ। ਇਹ ਸਾਰੀ ਚੀਜ਼ ਦਾ ਐਂ ਤੁਸੀਂ ਦੇਖੋ ਬਈ, ਕੋਈ ਛੱਤ ਪੂਰੀ ਵਧੀਆ ਇਹਦੀ ਪਈ ਆ, ਕੋਈ ਦਾਗ ਦੱਬਾ ਨਹੀਂ ਲੱਗਿਆ ਹੋਇਆ ਸਾਰੀ ਕਾਰ 'ਤੇ, ਅਤੇ ਬੀਜ ਕਲਰ ਦਾ ਇੰਟੀਰੀਅਰ ਇਹਦਾ ਵਿਦ ਬਲੈਕ। ਅਤੇ ਇੱਕ ਚੀਜ਼ ਹੋਰ ਆ ਬਈ, ਵੈਸੇ ਤਾਂ ਫੋਰਚੂਨਰ ਦਾ ਆਉਂਦਾ ਗ੍ਰੇ ਐਂਡ ਬੀਜ ਆਉਂਦਾ, ਅਤੇ ਇਹ ਆਪਣੀ ਬਲੈਕ ਇੰਟੀਰੀਅਰ ਵਾਲੀ ਆ ਜੋ ਕਿ 2014 'ਚ ਆਇਆ ਸੀ। ਅਸੀਂ ਪੁੱਠੀ ਜਿਹੀ ਥਾਂ 'ਤੇ ਆ ਗਏ ਵੀ ਇੱਥੋਂ ਲੰਘਿਆ ਵਾਹਵਾ ਜ਼ਿਆਦਾ ਆ, ਅਤੇ ਪਹਿਲਾਂ JCB ਆ ਗਈ ਸੀ, ਅਤੇ ਦੇਖ ਸਕਦੇ ਹੋ ਥਾਂ ਤਾਂ ਹੈ ਨਹੀਂ ਕਿ ਹੁਣ ਬਾਈਕ ਆ ਗਿਆ ਸੀ, ਬਾਈਕ ਵੀ ਮਸਾਂ ਹੀ ਟਪਾਇਆ ਬੰਦੇ ਨੇ। ਦੱਸਾਂ ਬਈ ਇਹਦੇ ਬਿੱਲ ਜਿਹੜੇ ਬਣੇ ਪਏ ਆ ਮੇਰੇ ਕੋਲ ਉਹਦੇ ਸਰਵਿਸਿਸ 'ਤੇ, ਉਹ ਕੋਈ ਤਾਂ ਹੈਗਾ 11,000 ਦਾ ਅਤੇ ਕੋਈ 13,000 ਦੇ ਹੈਗੇ ਆ, ਅਤੇ ਮਤਲਬ ਨੋਰਮਲ ਆ ਐਡੀ ਕਾਰ ਦੇ ਹਿਸਾਬ 'ਚ। ਮਤਲਬ ਨਵੇਂ ਮਾਡਲ ਦਾ ਵੀ ਆ, ਅਤੇ ਨਵੇਂ ਮਾਡਲ ਨਾਲ ਉਹ ਜਿਹੜਾ ਨਵਾਂ Sigma 4 ਆਉਂਦੀ ਆ ਉਹਦੇ ਨਾਲ ਉਹ, ਇਹਦੇ 'ਚ ਇੱਕ ਪਲੱਸ ਪੁਆਇੰਟ ਇਹ ਆ ਬਈ ਇਹ ਜ਼ਿਆਦਾ ਖੁੱਲ੍ਹੀ ਆ ਅੰਦਰੋਂ, ਮਤਲਬ ਉਹਦੇ 'ਚ ਕੰਜਸਟਡ ਜਿਹਾ ਬੈਠਿਆ ਜਾਂਦਾ, ਮਤਲਬ ਮੈਂ ਖੁਦ ਬਹਿੰਦਾ ਅਤੇ ਮੈਨੂੰ ਕੰਜਸਟਡ ਜਿਹਾ ਫੀਲ ਹੁੰਦਾ, ਕਿਉਂਕਿ ਅੰਦਰੋਂ ਉਹਦਾ ਕੈਬਿਨ ਛੋਟਾ ਭੀੜੀ ਆ ਉਹ, ਅਤੇ ਇਹਦਾ ਜਿਵੇਂ ਥੋੜ੍ਹੀ ਜਿਹੀ ਲੱਗਦੀ ਆ ਬਈ ਹੈਵੀ ਗੱਡੀ ਲੱਗਦੀ ਆ, ਉਹ ਥੋੜ੍ਹੀ ਜਿਹੀ ਭੀੜੀ ਜਿਹੀ ਲੱਗਦੀ ਆ ਗੱਡੀ ਬਾਹਰੋਂ ਦੇਖਣ ਨੂੰ ਵੀ। ਅਤੇ ਵੈਸੇ ਮਤਲਬ ਆਪਾਂ ਜਦੋਂ ਦੇਖਦੇ ਹਾਂ ਵੀ ਨਵਾਂ ਮਾਡਲ ਆ ਜਾਂਦਾ, ਪੁਰਾਣੀ ਦੇ ਲੋਕ ਆਪਾਂ ਨੂੰ ਆਊਟਡੇਟਡ ਲੱਗਣ ਲੱਗ ਪੈਂਦੀ ਆ,
ਸੋ ਇਹ ਇੱਕ ਸਦਾਬਹਾਰ ਕਾਰ ਆ, ਇੱਕ ਆਪਾਂ ਸਟੇਟਸ ਸਿੰਬਲ ਕਹਿ ਸਕਦੇ ਕਿ ਇਹਦਾ ਸਟੇਟਸ ਹਜੇ ਤੱਕ ਨਹੀਂ ਮਿਟਿਆ, ਅਤੇ ਨਵੀਆਂ ਵੀ ਆਈਆਂ ਕਾਰਾਂ, ਹਜੇ ਇਹਦੇ ਉੱਤੇ ਦੋ ਮਾਡਲ ਆ ਚੁੱਕੇ ਆ, ਅਤੇ ਇਹਦਾ ਹਜੇ ਵੀ ਉਹੀ ਸਟੇਟਸ ਆ, ਅਤੇ ਲੋਕ ਓਨਾ ਹੀ ਇਹਨੂੰ ਪਸੰਦ ਕਰਦੇ ਆ ਕਿਉਂਕਿ ਇਹਦੀ ਇੱਕ ਤਾਂ ਸਮੂਥ ਡਰਾਈਵ ਆ, ਇੱਕ ਖੁੱਲ੍ਹੀ ਆ ਅੰਦਰੋਂ, ਅਤੇ ਇੱਕ ਸਟੇਟਸ ਸਿੰਬਲ ਵੀ ਆ ਜਾਂਦਾ ਇਹਦੇ 'ਚ, ਕਿਉਂਕਿ ਟੋਇਟਾ ਦੀਆਂ ਗੱਡੀਆਂ ਬਹੁਤ ਹੀ ਜ਼ਿਆਦਾ ਵਧੀਆ, ਆਪਾਂ ਚਾਹੇ ਟਿਓਸ ਨੂੰ ਸਵਿਫਟ ਨਾਲ ਕੰਪੇਅਰ ਕਰ ਲਈਏ। ਸੋ ਅਤੇ ਟੋਇਟਾ ਦੇ ਸੈਡਾਨ ਸੈਗਮੈਂਟ ਵੀ ਬਹੁਤ ਵਧੀਆ, ਜਿਵੇਂ ਆਪਾਂ ਕਰੋਲਾ ਅਲਟਿਸ ਲੈ ਸਕਦੇ ਹਾਂ, ਉਹ ਕੈਮਰੀ ਹੋ ਗਈ, ਸਭ ਚੀਜ਼ਾਂ ਇਹਨਾਂ ਦੀਆਂ ਵਧੀਆ। ਅਤੇ ਲਗਜ਼ਰੀ ਸੈਗਮੈਂਟ 'ਚ ਫੋਰਚੂਨਰ ਆ ਗਈ, ਅਤੇ ਜਿਹੜੀਆਂ ਅਪਰ ਲਗਜ਼ਰੀ ਹੁੰਦੀਆਂ ਉਹਦੇ 'ਚ ਲੈਂਡ ਕਰੂਜ਼ਰ ਆ ਗਈ, ਸੋ ਪ੍ਰਾਡੋ ਆ ਗਈ, ਸਾਰੀਆਂ ਬਹੁਤ ਹੀ ਵਧੀਆ ਕਾਰਾਂ, ਆਪਾਂ ਕਿਸੇ ਹੋਰ ਗੱਡੀ ਨਾਲ ਕੰਪੇਅਰ ਕਰਕੇ ਟੋਇਟਾ ਦੀ ਸਾਰਿਆਂ ਨਾਲੋਂ ਬੈਸਟ ਮੰਨੀ ਜਾਂਦੀ ਹੈ। ਅਤੇ ਸਿੰਪਲ ਜਿਹੀਆਂ ਗੱਡੀਆਂ ਹੁੰਦੀਆਂ, ਜਦ ਜਿੰਦਾ ਤੁਹਾਨੂੰ ਦਿਖਾ ਦਿੰਦੇ ਹਾਂ ਉਹ ਖੋਲ੍ਹ ਕੇ ਬੋਨਟ। ਇੱਕ ਇਹਦੇ 'ਚ ਜਿਹੜੀ ਇਹਦੀ ਲੁੱਕ ਨੂੰ ਕਲਾਸੀ ਬਣਾਉਂਦਾ, ਸੋ ਇਹ ਹੈਗਾ ਮੇਨ ਗੱਲ। ਜੇ ਆਪਾਂ ਸੇਲ ਦੇ ਹਿਸਾਬ 'ਚ ਦੇਖੀਏ, ਤੁਸੀਂ ਆਹ ਚੀਜ਼ਾਂ ਦੇਖੋ, ਉਰੇ ਆ ਕੇ ਇਹਨਾਂ ਚੀਜ਼ਾਂ 'ਤੇ ਫੋਕਸ ਕਰਾਓ। ਲਾਈਟਸ ਦੀਆਂ ਹੁੱਕਸ ਹੋ ਗਈਆਂ ਪੂਰੀਆਂ ਅਨਟੱਚਡ, ਜਦੋਂ ਗੱਡੀ ਦਾ ਐਕਸੀਡੈਂਟ ਹੁੰਦਾ ਸੋ ਇਹ ਹੁੱਕਸ ਕਰੈਕ ਹੋ ਜਾਂਦੀਆਂ, ਉਹਨਾਂ ਨੂੰ ਪੇਸਟਿੰਗ ਨਾਲ ਜੋੜਿਆ ਹੁੰਦਾ ਜਾਂ ਲਾਈਟ ਨਵੀਂ ਹੁੰਦੀ ਆ, ਅਤੇ ਇਹਦੀਆਂ ਲਾਈਟ ਪੂਰੀਆਂ ਸਾਫ਼ ਆ। ਤੁਸੀਂ ਲਾਈਟ 'ਤੇ ਪੂਰਾ ਫੋਕਸ ਕਰਕੇ ਦੇਖੋ, ਇਹਦੀ ਲਾਈਟ ਕੋਈ ਚੇਂਜ ਨਹੀਂ ਹੋਈ, ਜਮ੍ਹਾਂ ਸਟੋਕ ਲਾਈਟਸ ਹੈ ਇਹਦੀਆਂ, ਅਤੇ ਹਿੱਟ ਨਹੀਂ ਹੋਈ ਗੱਡੀ ਜਮ੍ਹਾਂ ਵੀ ਨਹੀਂ। ਇੱਥੋਂ ਤੁਸੀਂ ਇਹਦੇ ਇਸ ਲਾਈਨਿੰਗ ਤੋਂ ਦੇਖ ਸਕਦੇ ਹੋ, ਇੱਥੇ ਹੱਥ ਲਾ ਕੇ ਪੂਰਾ ਗੱਡੀ ਦਾ ਚੈੱਕ। ਜੇ ਤੁਸੀਂ ਮਤਲਬ ਇਹ ਇਹਦੀ ਗੱਲ ਨਹੀਂ ਕਰ ਰਿਹਾ, ਹਰੇਕ ਗੱਡੀ ਦੀ ਗੱਲ ਕਰ ਰਿਹਾ, ਐਕਸੀਡੈਂਟ ਦਾ ਇਹਨਾਂ ਚੀਜ਼ਾਂ ਤੋਂ ਪਤਾ। ਇਹ ਪੱਟੀ ਜੀ ਹੁੰਦੀ ਹੈ, ਇਹਦੇ 'ਤੇ ਡੈਂਟ ਆ ਜਾਂਦੇ, ਕ੍ਰੈਕ ਆ ਜਾਂਦੇ, ਮਤਲਬ ਇਹਦੀ ਪੂਰੀ ਚੰਗੀ ਤਰ੍ਹਾਂ ਦੁਬਾਰਾ ਰਿਪੇਅਰ ਨਹੀਂ ਹੁੰਦੀ। ਅਤੇ ਇਹਦਾ ਕੰਡੈਂਸਰ ਦੇਖ ਸਕਦੇ ਹੋ, ਹਜੇ ਤੱਕ ਜਮ੍ਹਾਂ ਉਵੇਂ ਪਿਆ ਨਵਾਂ। ਅਤੇ ਬਾਕੀ ਵੈਸੇ ਜਦੋਂ ਆਪਾਂ ਕਿਸੇ ਗੱਡੀਆਂ ਦੇਖਦੇ ਹਾਂ, ਉਹਨਾਂ ਦੇ ਕੰਡੈਂਸਰ ਪਾੜ ਜਾਂਦੇ ਹੁੰਦੇ ਆ ਮਤਲਬ ਅੱਗੇ ਲੱਗੇ, ਅਤੇ ਇਹ ਬਹੁਤ ਹੀ ਵਧੀਆ ਕੰਡੀਸ਼ਨ 'ਚ ਪਿਆ। ਬੈਟਰੀ ਦੇਖ ਸਕਦੇ ਹੋ, ਬੈਟਰੀ ਐਮਰਨ ਦੀ ਨਵੀਂ ਬੈਟਰੀ ਹੈ ਇਹਦੀ। ਇਸੇ ਵੀ ਪ੍ਰੋਪਰ ਤਰੀਕੇ ਨਾਲ ਇਹਨੂੰ ਅਸੀਂ ਮੇਨਟੇਨ ਰੱਖਿਆ ਹੋਇਆ ਸ਼ੁਰੂ ਤੋਂ ਲੈ ਕੇ ਅੱਜ ਤੱਕ ਹੀ। ਫੈਂਡਰ ਦੇਖ ਸਕਦੇ ਹੋ, ਕੋਈ ਬਾਡੀ ਪਾਰਟ ਇਹਦਾ ਪੇਂਟ ਨਹੀਂ ਗਾ ਵਿਦਆਊਟ ਬੰਪਰ, ਬੰਪਰ ਦੋਵੇਂ ਅਗਲਾ ਪਿਛਲਾ ਦੋਵੇਂ ਪੇਂਟ ਆ। ਗੱਪ ਮਾਰ ਕੇ ਗੱਡੀ ਵੇਚਣ ਦਾ ਫਾਇਦਾ ਨਹੀਂ, ਸੋ ਹਰੇਕ ਚੀਜ਼ ਮੈਂ ਤੁਹਾਨੂੰ ਇਹਦੇ ਅੱਗੇ ਦੱਸਤੀ ਹੈ, ਤੁਸੀਂ ਚੈੱਕ ਵੀ ਕਰ ਸਕਦੇ ਹੋ ਆ ਕੇ, ਮੇਰਾ ਕਾਲਿੰਗ ਨੰਬਰ ਆ। ਅਤੇ ਕਈ ਗੱਡੀਆਂ ਫੋਰਚੂਨਰਸ ਤੋਂ ਮੈਂ ਦੇਖਿਆ ਇਹ ਵਰਕਿੰਗ ਨਹੀਂ ਹੁੰਦੇ, ਇਹਦੇ ਇਹ ਵਾਸ਼ਰ ਵੀ ਵਰਕਿੰਗ 'ਚ, ਹਰੇਕ ਚੀਜ਼, ਕੋਈ ਗੱਡੀ 'ਚ ਕਮੀ ਨਹੀਂ ਮੇਰੇ ਵੱਲੋਂ ਹਜੇ ਤੱਕ। ਮੈਨੂੰ ਗੱਡੀਆਂ ਦਾ ਸ਼ੌਂਕ ਹੈ, ਜਿਵੇਂ ਮੈਂ ਬਹੁਤ ਹੀ ਪ੍ਰੋਪਰ ਵੇਚ ਰੱਖਦਾ ਗੱਡੀਆਂ ਨੂੰ, ਅਤੇ ਮੇਨਟੇਨ ਰੱਖਦਾ ਹਰੇਕ ਗੱਡੀ ਨੂੰ। ਅਤੇ ਤੁਸੀਂ ਜਦੋਂ ਵੀ ਆ ਕੇ ਮੈਨੂੰ ਮਿਲ ਸਕਦੇ ਹੋ ਜੇ ਕਾਰ ਤੁਸੀਂ ਇਹ ਲੈਣੀ ਆ। ਅਤੇ ਉਹ ਆਪਾਂ ਹੁਣ ਚੱਲਦੇ ਹਾਂ, ਇੱਥੋਂ ਕਾਰ ਮੋੜਦੇ ਹਾਂ, ਪਹਿਲਾਂ ਤਾਂ ਮੈਨੂੰ ਲੱਗਦਾ ਔਖੀ ਮੁੜੂਗੀ, ਇੱਥੇ ਪੰਗਾ ਤਾਂ ਲੈ ਲਿਆ, ਬਹੁਤ ਦੂਰ ਆ ਗਏ ਸੜਕ ਤੋਂ, ਹੁਣ ਪਤਾ ਨਹੀਂ ਲੱਗਣਾ ਮੁੜੂਗੀ ਕਿ ਨਹੀਂ। ਇੱਥੋਂ ਕੰਡੇ 'ਤੇ ਆ ਯਾਰ, ਜੀ ਤਾਂ ਨਹੀਂ ਕਰਦਾ ਵੈਸੇ ਬੈਕ ਲੈ ਜਾਈਏ, ਪਰ ਬੈਕ ਹੁਣ ਡਰ ਲੱਗਦਾ, ਉੱਥੇ ਝਾੜੀਆਂ ਹੀ ਆ ਕਾਫੀ ਆ, ਇੱਧਰ ਵੀ ਨਹਿਰ ਆ, ਤੁਸੀਂ ਦੇਖੋ ਕੋਈ ਕੋਈ ਬਾਉਂਡਰੀ ਨਹੀਂ ਇਹਦੀ, ਬੰਦਾ ਡਿੱਗ ਵੀ ਸਕਦਾ। ਅਤੇ ਸੂਰਜ ਛਿਪ ਚੁੱਕਿਆ, ਦੇਖੋ ਮੈਂ ਹੁਣੇ ਸਟਾਰਟ ਕਰੂੰਗਾ, ਅਤੇ ਕੋਈ ਐਕਸਟਰਾ ਨੋਇਸ ਨਹੀਂ ਆਉਂਦੀ। ਜਿਹੜੇ ਇਹਦੇ ਪ੍ਰੋਜੈਕਟਰਸ ਨੇ, ਜਿਹੜੀਆਂ ਲਾਈਟਸ ਨੇ, ਹੈਡਲਾਈਟਸ ਹੁੰਦੀਆਂ, ਉਹ ਇਹਦੀਆਂ ਆਟੋਮੈਟਿਕ ਨੇ, ਅਤੇ ਵਿੱਚ ਸੈਂਸਰ, ਉਹ ਵੀ ਮੈਂ ਤੁਹਾਨੂੰ ਦਿਖਾਊਂਗਾ। ਸੋ ਉੱਥੇ ਜਦੋਂ ਰੋਸ਼ਨੀ ਘੱਟ ਪੈਣ ਲੱਗ ਪੈਂਦੀ ਆ, ਸੋ ਆਟੋਮੈਟਿਕਲੀ ਇਹਦੀਆਂ ਲਾਈਟਸ ਚੱਲ ਪੈਂਦੀਆਂ। ਹੁਣ ਆਟੋ ਮੋਡ 'ਤੇ ਆ, ਸੈਂਸਰ 'ਤੇ ਹੱਥ ਰੱਖੂੰਗਾ, ਸੋ ਲਾਈਟਾਂ ਜਗਣਗੀਆਂ ਇਹਦੀਆਂ ਹੁਣੇ। ਇੱਥੇ ਇਹਦਾ ਸੈਂਸਰ ਲੱਗਿਆ ਹੋਇਆ, ਜਦੋਂ ਪੈਂਦਾ ਰੋਸ਼ਨੀ ਪੈਂਦੀ ਆ, ਇੱਥੇ ਹੱਥ ਰੱਖੂੰਗਾ, ਦੇਖੋ ਪ੍ਰੋਜੈਕਟਰ ਚੱਲ ਚੁੱਕੇ ਨੇ, ਅਤੇ ਜਿਵੇਂ ਹੀ ਮੈਂ ਹੱਥ ਚੱਕੂੰਗਾ ਸੋ ਲਾਈਟਾਂ ਬੰਦ ਹੋ ਜਾਣਗੀਆਂ। ਵੈਸੇ ਤਾਂ ਰੇਟ ਇਹਨਾਂ ਨੇ ਕਾਫੀ ਚੱਕਦੇ, ਮੇਰੇ ਅਕੋਰਡਿੰਗ ਨਵੀਂ ਲੈਣ ਦਾ ਕੋਈ ਫਾਇਦਾ ਨਹੀਂ, ਤੁਸੀਂ ਹਮੇਸ਼ਾ ਸੈਕਿੰਡ ਹੈਂਡ ਨੂੰ ਪ੍ਰੈਫਰ ਕਰੋ। ਪਰ ਜਿਨ੍ਹਾਂ ਨੂੰ ਸੈਕਿੰਡ ਹੈਂਡ ਦੀ ਨੌਲੇਜ ਨਹੀਂ ਹੈਗੀ, ਸੋ ਉਹ ਨਵੀਂ ਲੈ ਸਕਦੇ ਆ, ਪਰ ਜਿਨ੍ਹਾਂ ਨੂੰ ਬਹੁਤ ਹੀ ਵਧੀਆ ਕਾਰਾਂ ਦੀ ਨੌਲੇਜ ਆ, ਉਹ ਤੁਸੀਂ ਹਮੇਸ਼ਾ ਸੈਕਿੰਡ ਹੈਂਡ ਗੱਡੀ ਲਓ, ਕਿਉਂਕਿ ਉਹ ਬਹੁਤ ਜ਼ਿਆਦਾ ਘੱਟ ਘੱਟਦੀ ਆ। ਅਤੇ ਇਹ ਗੱਡੀ ਦਾ ਮੈਂ ਤੁਹਾਨੂੰ ਦੱਸਦਾ, ਇਹ ਮੇਰੇ ਪਾਪਾ ਦੇ ਨਾਮ 'ਤੇ ਫਸਟ ਓਨਰ ਆ, ਅਤੇ ਜਿਹੜਾ ਵੀ ਇਹਨੂੰ ਬਾਏ ਕਰੂਗਾ ਸੈਕਿੰਡ ਓਨਰ ਬਣੂਗਾ ਇਸ ਕਾਰ ਦਾ। ਅਤੇ ਚਲੋ ਆਪਾਂ ਹੁਣ ਚੱਲਦੇ ਹਾਂ ਰੋਡ 'ਤੇ। ਮੁੜ ਵੈਸੇ ਛੇਤੀ ਗਈ, ਹੁਣ ਦਿਖਾਉਣ ਲੱਗਿਆ ਸੀ ਮੈਂ ਤੁਹਾਨੂੰ ਇਹਦੇ ਅੰਦਰਲੇ ਫੀਚਰ। ਅਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਇਹਦੇ ਉਹ ਮਿਰਰ ਕੰਟਰੋਲਸ ਆ ਗਏ, ਅਤੇ ਇੱਥੋਂ ਕਾਰ ਅਨਲੋਕ ਹੁੰਦੀ ਆ, ਅਤੇ ਆ ਇੱਥੋਂ ਮਿਰਰ ਲੋਕ ਹੋ ਜਾਂਦੇ ਆ, ਇੱਧਰਲਾ ਤਾਂ ਆਟੋ ਆ, ਉੱਧਰਲੇ ਨਹੀਂ ਖੁੱਲ੍ਹਣਗੇ। ਅਤੇ ਬਾਕੀ ਇੱਥੇ ਤੁਸੀਂ ਦੇਖੋਗੇ ਤਾਂ ਇਹ ਸਕਿਉਰਿਟੀ ਅਲਾਰਮ ਆ ਜਾਂਦਾ, ਅਤੇ ਇੱਥੋਂ ਆਪਾਂ ਸਾਈਡ ਵਾਲੇ ਮਿਰਰ ਚੇਂਜ ਕਰ ਸਕਦੇ ਇੱਥੋਂ, ਅਤੇ ਇਸ ਬਟਨ ਤੋਂ ਇਹ ਕਲੋਜ਼ ਹੁੰਦੇ ਆ।
ਐਂਡ ਬਾਕੀ ਇੱਥੋਂ ਜਿਹੜਾ ਅੱਗੇ ਵਾਸ਼ਰ ਹੁੰਦਾ ਲਾਈਟਸ ਦੇ ਉੱਤੇ ਲਾਈਟਸ ਵਾਸ਼ ਕਰਦਾ ਉਹ ਆ ਇਹਦੇ ਲਈ ਆਪਣੀਆਂ ਲਾਈਟਸ ਆਨ ਜ਼ਰੂਰੀ ਹੈਗੀਆਂ ਅਤੇ ਇੱਥੇ ਆਪਾਂ ਨੂੰ ਆਟੋਮੈਟਿਕ ਹੁੰਦੀਆਂ ਲਾਈਟਾਂ ਅਤੇ ਇਹਦੇ 'ਚ ਇੱਥੇ ਆਈਪੋਡ ਮਿਲ ਜਾਂਦਾ ਅਤੇ ਰੀਅਰ ਕੂਲ ਆਪਾਂ ਨੂੰ ਪਿਛਲਾ ਏ ਸੀ ਇੱਥੋਂ ਛੱਡਣਾ ਪੈਂਦਾ ਅਤੇ ਇਹ ਆਪਣੀ ਮਰਜ਼ੀ ਹੈ ਛੱਡਣਾ ਨਹੀਂ ਛੱਡਣਾ ਅਤੇ ਇੱਥੇ ਆਪਾਂ ਨੂੰ ਚਾਰਜਿੰਗ ਮਿਲ ਜਾਂਦੀ ਹੈ ਇੱਕ 120 ਵੋਲਟ ਦੀ ਅਤੇ ਇਹ ਹੈਗਾ ਵੋਇਸ ਅਪ ਡਾਊਨ ਕਰਨ ਦਾ ਅਤੇ ਇਹ ਸੌਂਗ ਆ ਅਤੇ ਇੱਥੋਂ ਆਪਾਂ ਮੋਡ ਚੇਂਜ ਕਰ ਸਕਦੇ ਹਾਂ ਔਕਸ ਆ ਇਹਦੇ 'ਚ ਬਲੂਟੁੱਥ ਹੈਗਾ ਅਤੇ ਐਫ ਐਮ ਰੇਡੀਓ ਹੈਗਾ ਅਤੇ ਬਾਕੀ ਚੀਜ਼ਾਂ ਇੱਥੇ ਡਿਸਪਲੇ ਆ ਇਹ ਡਿਸਪਲੇ ਆ ਇੱਥੋਂ ਆਪਾਂ ਉਹ ਚੇਂਜ ਕਰ ਸਕਦੇ ਹਾਂ ਇੱਥੇ ਆਪਾਂ ਰੇਂਜ ਦੇਖ ਸਕਦੇ ਹਾਂ ਇਹਦੀ ਟੈਂਪਰੇਚਰ ਦੇਖ ਸਕਦੇ ਹਾਂ ਅਤੇ ਆ ਐਵਰੇਜ ਆ ਜਾਂਦੀ ਆ ਅਤੇ ਇਹ ਜਿਹੜਾ ਹੈਗਾ ਇਹਨੂੰ ਆਪਾਂ ਘੁੰਮਾ ਕੇ ਆਹ ਚੀਜ਼ ਆਪਾਂ ਸੈੱਟ ਕਰ ਸਕਦੇ ਹਾਂ ਇਹਦੀ ਲਾਈਟ ਸੈੱਟ ਕਰ ਸਕਦੇ ਹਾਂ ਜੋ ਕਿ ਬਹੁਤ ਹੀ ਵਧੀਆ ਕਿ ਰਾਤ ਨੂੰ ਆਪਾਂ ਨੂੰ ਚਲਾਉਣ ਲਈ ਇਹ ਅੱਖਾਂ 'ਚ ਨਹੀਂ ਵੱਜਦੀ ਅਤੇ ਸਵੇਰੇ ਆਪਾਂ ਐਂ ਕਰ ਸਕਦੇ ਅਤੇ ਇਸ ਮੋਡ 'ਤੇ ਆਟੋਮੈਟਿਕ ਆ ਅਤੇ ਇਹ ਲਾਈਟਸ ਦੇ ਹਿਸਾਬ 'ਚ ਵੀ ਆਟੋਮੈਟਿਕ ਚੱਲਦਾ ਜੀ ਇਹਨੂੰ ਆਪਾਂ ਇੱਥੇ ਆਟੋ 'ਤੇ ਮੈਂ ਰੱਖਿਆ ਵਿਆ ਇਹ ਦੇਖੋ ਜੇ ਮੈਂ ਲਾਈਟਸ ਬੰਦ ਕਰੂੰਗਾ ਜ਼ਿਆਦਾ ਚੱਲ ਪਿਆ ਹੁਣ ਲਾਈਟਸ ਆਨ ਆ ਇਹ ਘੱਟ ਡਿਮ ਹੋ ਜਾਂਦਾ ਅਤੇ ਪਿੱਛੋਂ ਵੀ ਸਪੇਸ ਅਸੀਂ ਪੂਰੀਆਂ ਪਿੱਛੇ ਕੀਤੀਆਂ ਹੋਈਆਂ ਪਿੱਛੋਂ ਸਪੇਸ ਇਹਦੇ 'ਚ ਹਜੇ ਵੀ ਕਾਫੀ ਆ ਤੂੰ ਮਾੜਾ ਜਿਹਾ ਸਹੀ ਹੋ ਕੇ ਬੈਠਿਓ ਸੋ ਇਹ ਪੂਰਾ ਹਜੇ ਇਹਦੇ ਦੇਖੋ ਪੂਰੇ ਗੋਡੇ ਹਜੇ ਨਾਲ ਨਹੀਂ ਲੱਗ ਰਹੇ ਇਹ ਬਹੁਤ ਹੀ ਕੰਫਰਟੇਬਲ ਬੈਠਾ ਪੂਰਾ ਪੂਰਾ ਕੰਫਰਟੇਬਲ ਪੂਰਾ ਕੰਫਰਟੇਬਲ ਆ ਅਤੇ ਪਿੱਛੇ ਤੁਸੀਂ ਸਪੇਸ ਦੇਖ ਹੀ ਸਕਦੇ ਹੋ ਲੈਗ ਜ਼ਰੂਰੀ ਚੀਜ਼ ਆ ਕਿ ਤੁਸੀਂ ਰੋਡ 'ਤੇ ਹਮੇਸ਼ਾ ਬੈਲਟ ਲਾ ਕੇ ਰੱਖੋ ਸੋ ਇਹ ਆਦਤ ਬਹੁਤ ਹੀ ਚੰਗੀ ਹੈ ਕਿ ਆਪਾਂ ਰੋਡ 'ਤੇ ਚੜ੍ਹਨ ਸਾਰੀ ਬੈਲਟ ਲਾ ਲਈਏ ਅਤੇ ਕਿਉਂਕਿ ਯਾਰ ਆਪਦੀ ਸੇਫਟੀ ਆ ਚਲਾਉਣ ਹੈਗਾ ਪਰ ਕਿਸੇ ਦਾ ਕੀ ਜਾਂਦਾ ਅਤੇ ਜਦੋਂ ਵੀ ਆਪਾਂ ਇਹਨੂੰ ਚਲਾਉਂਦੇ ਹਾਂ ਸੋ ਇੱਕ ਬੜਾ ਵਧੀਆ ਜਿਹਾ ਫੀਲ ਹੁੰਦਾ ਕਿ ਆਪਾਂ ਉੱਚੇ ਥਾਂ 'ਤੇ ਬਹਿੰਦੇ ਹਾਂ ਇਹ ਇੱਕ ਸਫ਼ਰ ਬਹੁਤ ਜ਼ਿਆਦਾ ਖਿੱਚਦੀ ਆ ਬਈ ਮੰਨ ਲਓ ਆਪਾਂ ਲੰਮੇ ਟੂਰ 'ਤੇ ਜਾਣਾ ਸੋ ਥਕਾਵਟ ਬਹੁਤ ਘੱਟ ਦਿੰਦੀ ਹੈ ਜਿਵੇਂ ਕਿ ਮੈਂ ਮਨਾਲੀ ਜਾਇਆ ਇਹਦੇ 'ਤੇ ਰਾਜਸਥਾਨ ਜਾ ਕੇ ਆਇਆ ਸੋ ਹੁਣ ਵੀ ਆਪਾਂ ਕੁਛ ਕੁ ਟੂਰ ਪਲੈਨ ਕਰ ਰਹੇ ਹਾਂ ਸੋ ਜੇ ਇਹ ਨਾਲ ਦੇ ਮੰਨਣ ਸਾਰੇ ਜਾਣੇ ਮਤਲਬ ਇਹ ਹੋ ਗਿਆ ਜੋ ਬਾਕੀ ਫਰੈਂਡਸ ਆ ਤਾਂ ਆਪਾਂ ਤੁਹਾਨੂੰ ਛੇਤੀ ਇੱਕ ਟ੍ਰਿਪ ਵੀ ਦੇਵਾਂਗੇ ਰੋਡ ਟ੍ਰਿਪ ਦੇਵਾਂਗੇ ਸ਼ਾਇਦ ਰਾਜਸਥਾਨ ਦਾ ਹੋਵੇ ਜਾਂ ਹਿਲ ਸਟੇਸ਼ਨ ਦਾ ਹੋਵੇ ਕਿਉਂਕਿ ਇਹ ਜਿਹੜੇ ਸ਼ੂਟ ਕਰ ਰਹੇ ਨੇ ਇਹ ਕਹਿ ਰਹੇ ਨੇ ਵੀ ਮੈਨੂੰ ਬਰਫ਼ ਦਿਖਾ ਕੇ ਲਿਆਓ ਮੈਂ ਬਰਫ਼ ਨਹੀਂ ਦੇਖੀ ਕਦੇ ਸੋ ਸ਼ਾਇਦ ਬਰਫ਼ ਵਾਲੇ ਸਾਈਡ 'ਤੇ ਵੀ ਹੋ ਸਕਦਾ ਮਤਲਬ ਮਨਾਲੀ ਦਾ ਤਾਂ ਵੈਸੇ ਤੁਸੀਂ ਦੇਖਿਆ ਵਿਆ ਸੋ ਹੋਰ ਕਿਤੇ ਦਾ ਬਣਾਵਾਂਗੇ ਆਪਾਂ ਅਤੇ ਤਾਂ ਕਿ ਆਪਣਾ ਵਲੋਗਿੰਗ ਨੂੰ ਵੀ ਕੰਟੈਂਟ ਮਿਲੇ ਅਤੇ ਇੱਕ ਹੁੰਦਾ ਜਿਹੜਾ ਮੈਂ ਪਿਛਲੇ ਤੁਹਾਨੂੰ ਰੋਡ ਟ੍ਰਿਪ ਦਿੱਤੇ ਸੀ ਉਹ ਮੈਂ ਫੈਮਿਲੀ ਨਾਲ ਸੀਗਾ ਉਹ ਜ਼ਿਆਦਾ ਉਹਦਾ ਕੰਟੈਂਟ ਨਹੀਂ ਬਣ ਸਕਿਆ ਉਹ ਜ਼ਿਆਦਾ ਮੈਂ ਕਾਰ ਦਾ ਹੀ ਦਿਖਾਈ ਗਿਆ ਕਿ ਉਹ ਤਾਂ ਕਰਕੇ ਮਤਲਬ ਉਦੋਂ ਬੋਲਿਆ ਨਹੀਂ ਜਾਂਦਾ ਘਰਦਿਆਂ ਦੇ ਸਾਹਮਣੇ ਜਦੋਂ ਯਾਰ ਵਿਹਲੇ ਹੁੰਦੇ ਆ ਪੂਰਾ ਫਨ ਹੁੰਦਾ ਮਤਲਬ ਤੁਹਾਨੂੰ ਉਹ ਚੀਜ਼ਾਂ ਵੀ ਬਈ ਅਸੀਂ ਕਿਵੇਂ ਇੱਕ ਦੂਜੇ ਨਾਲ ਬਿਹੇਵ ਕਰਦੇ ਹਾਂ ਕਿਸ ਕਿਵੇਂ ਟ੍ਰੀਟ ਕਰਦੇ ਹਾਂ ਕਿਵੇਂ ਕਿਸੇ ਦਾ ਮਜ਼ਾਕ ਉਡਾਉਂਦੇ ਹਾਂ ਸੋ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਉਸ ਵਲੋਗ ਦੇ ਵਿੱਚ ਮਿਲਣਗੀਆਂ ਅਤੇ ਇੱਕ ਇੰਟਰਸਟਿੰਗ ਵਲੋਗ ਬਣੂਗਾ ਕਿਉਂਕਿ ਮੇਰਾ ਬਰਥਡੇ ਵਾਲਾ ਵਲੋਗ ਸੀ ਉਦੋਂ ਸਾਰੇ ਮੇਰੇ ਫਰੈਂਡ ਸਰਕਲ ਤੁਸੀਂ ਦੇਖਿਆ ਹੋਊਗਾ ਅਤੇ ਉਹਨਾਂ ਨਾਲ ਹੀ ਤੁਹਾਨੂੰ ਦੁਬਾਰਾ ਫੇਰ ਮਿਲਾਵਾਂਗੇ ਅਤੇ ਉਦੋਂ ਕੁਛ ਇੱਕ ਜੁਗਲਬੰਦੀ ਜਿਹੀ ਹੁੰਦੀ ਆ ਸਾਰਿਆਂ 'ਚ ਉਹ ਚੀਜ਼ ਬਹੁਤ ਹੀ ਵਧੀਆ ਲੱਗਦੀ ਆ ਅਤੇ ਉਹ ਇੰਟਰਸਟਿੰਗ ਵੀ ਬਣਦਾ ਅਤੇ ਜਿਵੇਂ ਆਪਾਂ ਇੱਕ ਦੂਜੇ ਦਾ ਮਜ਼ਾਕ ਬਣਾਉਂਦੇ ਹਾਂ ਸੋ ਉਹ ਚੀਜ਼ ਆਪਾਂ ਤੁਹਾਨੂੰ ਅਗਲੇ ਵਲੋਗ 'ਚ ਮਿਲੂਗਾ ਦੇਖਣ ਨੂੰ ਅਗਲੇ 'ਚ ਨਹੀਂ ਅਗਲਾ ਸ਼ਾਇਦ ਕੋਈ ਹੋਰ ਹੋਵੇ ਪਰ ਰੋਡ ਟ੍ਰਿਪ ਵਾਲੇ ਵਲੋਗ 'ਚ ਸੋ ਕਰਨ ਜਾ ਰਹੇ ਹਾਂ ਜੀ ਆਪਾਂ ਅੱਜ ਦਾ ਵਲੋਗ ਐਂਡ ਅਤੇ ਉਮੀਦ ਕਰਦਾ ਤੁਹਾਨੂੰ ਇਹ ਕੋਈ ਇਨਫੋਰਮੇਸ਼ਨ ਕਿਸੇ ਨੂੰ ਮਿਲੀ ਹੋਊਗੀ ਕਿਸੇ ਨੂੰ ਵੈਸੇ ਵਧੀਆ ਲੱਗਿਆ ਹੋਊਗਾ ਬਾਕੀ ਹਨੇਰਾ ਵੀ ਹੋ ਚੁੱਕਿਆ ਅਤੇ ਹੁਣ ਕੋਈ ਲਾਈਟ ਦੇ ਹਿਸਾਬ 'ਚ ਵੀਡੀਓ ਬਣਨੀ ਵੀ ਨਹੀਂ ਅਤੇ ਮੈਨੂੰ ਲੱਗਦਾ ਕਾਫੀ ਲੰਬੀ ਹੋ ਚੁੱਕੀ ਹੋਊਗੀ ਅਤੇ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਮਾਈ ਯੂਟਿਊਬ ਚੈਨਲ ਅਤੇ ਕਮੈਂਟ ਵੀ ਕਰੋ ਤੁਸੀਂ ਸਾਰੀ ਵੀਡੀਓ 'ਤੇ ਵੀ ਤੁਹਾਨੂੰ ਕਿਵੇਂ ਲੱਗ ਰਹੀਆਂ ਅਤੇ ਨਵਾਂ ਨਵਾਂ ਕੰਟੈਂਟ ਮੈਂ ਤੁਹਾਨੂੰ ਦਿੰਦਾ ਰਹੂੰਗਾ ਅਤੇ ਹੋਰ ਵੀ ਇਹਨੂੰ ਇੰਟਰਸਟਿੰਗ ਗਾਈਡ ਨਾਲ ਤੁਹਾਨੂੰ ਡਿਲੀਵਰ ਕਰਾਂਗੇ ਟੋਪਿਕਸ ਵੀ ਸੁਜੈਸਟ ਕਰੋ ਵੀ ਮੈਂ ਕਿਹਦੇ 'ਤੇ ਵੀਡੀਓ ਬਣਾਵਾਂ ਅਤੇ ਕੀ ਮੇਰੇ 'ਚ ਕਮੀਆਂ ਨੇ ਅਤੇ ਉਹਨਾਂ ਨੂੰ ਮੈਂ ਕਿਵੇਂ ਇੰਪਰੂਵ ਕਰਾਂ ਸੋ ਅੱਜ ਦਾ ਵਲੋਗ ਆਪਾਂ ਇੱਥੇ ਐਂਡ ਕਰਦੇ ਹਾਂ ਸੋ ਮਿਲਦੇ ਹਾਂ ਜੀ ਅਗਲੇ ਵਲੋਗ 'ਚ ਥੈਂਕ ਯੂ